ਮੈਂ ਮਰ ਜਾ ਇੰਨੇ ਸਾਰੇ ਟਰੈਕਟਰ ਉਹ ਵੀ ਨਿਊ ਹਾਲੈਂਡ ਦੇ ਇਹ ਤੁਹਾਨੂੰ ਸਿਰਫ ਮਿਲਣਗੇ ਜੀ ਸੁਲਤਾਨਪੁਰ ਲੋਧੀ ਰੋਡ ਕਪੂਰਥਲਾ ਵਿਖੇ ਜੀ ਹਾਂ ਬਿਲਕੁਲ ਸਹੀ ਪਹਿਚਾਨਿਆ 1907 ਤੋਂ ਜੀ ਇਹ ਕੰਪਨੀ ਜਿਹੜੀ ਕਿ ਆਪਣਾ ਕੰਮ ਕਰ ਰਹੀ ਹੈ ਟਰੈਕਟਰਸ ਨੂੰ ਲੈ ਕੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਟਰੈਕਟਰ ਇਹਨਾਂ ਵੱਲੋਂ ਬਣਾਏ ਗਏ ਨੇ ਕਿਸਾਨੀ ਲਈ ਬਹੁਤ ਹੀ ਜ਼ਿਆਦਾ ਵੱਡੀ ਖੁਸ਼ਖਬਰੀ ਹੈ ਕਿ ਟਰੈਕਟਰਾਂ 'ਤੇ ਬਹੁਤ ਸਾਰਾ ਸਕੀਮ ਅਤੇ ਆਫਰਸ ਵੀ ਚੱਲਦੀਆਂ ਨੇ ਪਰ ਉਹ ਕਿਹੜੀਆਂ ਸਕੀਮਸ ਨੇ ਕਿਹੜੇ ਆਫਰਸ ਨੇ ਉਹ ਤਾਂ ਸਾਨੂੰ ਸ਼ੇਰੇ ਪੰਜਾਬ ਟਰੈਕਟਰਸ ਦੇ ਅੰਦਰ ਚੱਲ ਕੇ ਦੇਖਣਾ ਪਵੇਗਾ ਸੋ ਵੇਟ ਕਿਸ ਕਾਲ ਦੀ ਚਲੋ ਮੇਰੇ ਨਾਲ ਸੋ ਫਰੈਂਡਸ ਪੰਜਾਬ ਦਾ ਕਿਸਾਨ ਕੀ ਮੰਗਦਾ ਹੈ ਜੀ ਦਮਦਾਰ ਟਰੈਕਟਰ ਹੋਵੇ ਤੇਲ ਤੇ ਡੀਜ਼ਲ ਦਾ ਖਰਚਾ ਜਿਹੜਾ ਕਿ ਉਹ ਘੱਟ ਹੋਵੇ ਨਾਲ ਦੀ ਨਾਲ ਜੀ ਸਪੇਅਰ ਪਾਰਟਸ ਈਜ਼ੀਲੀ ਅਵੇਲੇਬਲ ਹੋ ਜਾਣ ਨਿਊ ਹਾਲੈਂਡ ਵੱਲੋਂ ਹਰੇਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਫੈਸਿਲਿਟੀਜ਼ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਬਟ ਹੋਰ ਵੀ ਕਈ ਜ਼ਿਆਦਾ ਫੀਚਰਸ ਨੇ ਜਿਹੜੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਇੰਟਰੋਡਿਊਸ ਕਰਵਾਉਣਾ ਚਾਹਾਂਗੀ ਅਤੇ ਗੱਲਬਾਤ ਵੀ ਕਰਾਂਗੇ ਜੀ ਇੱਕ ਦੋ ਕਸਟਮਰਸ ਦੇ ਨਾਲ ਜੀ ਯੂਥ ਚਾਹੁੰਦੀ ਹੈ ਜਿਹੜੀ ਚੀਜ਼ ਮੈਂ ਯੂਜ਼ ਕਰਾਂ ਜੀ ਉਹ ਡੈਸ਼ਿੰਗ ਹੋਵੇ ਜੀ ਉਸ ਚੀਜ਼ ਨੂੰ ਪੂਰੀ ਕਰੇਗਾ ਯੂਥ ਦੀ ਡਿਮਾਂਡ ਨੂੰ ਪੂਰਾ ਕਰੇਗਾ ਜੀ ਨਿਊ ਹਾਲੈਂਡ ਦਾ ਦਮਦਾਰ ਟਰੈਕਟਰ ਫਰੈਂਡਸ ਨਿਊ ਹਾਲੈਂਡ ਦਾ ਛੱਤੀ ਦੀ ਤੁਹਾਨੂੰ ਦੇ ਰਿਹਾ ਜੀ ਡਿਫਰੈਂਟ ਤਰ੍ਹਾਂ ਦੇ ਫੀਚਰਸ ਜਿਵੇਂ ਕਿ ਮੈਂ ਗੱਲ ਕਰਾਂ ਇਸ ਦੀਆਂ ਜਿਹੜੀਆਂ ਡਿਸਕ ਨੇ ਉਹ ਜੀ ਤੇਲ ਦੇ ਵਿੱਚ ਡੁੱਬੀਆਂ ਹੋਈਆਂ 12+3 UG ਇਸ ਦੀ ਕਪੈਸਿਟੀ ਐਡਜਸਟੇਬਲ ਟੋਹੁਕ ਹੈ ਜੀ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਫੀਚਰਸ ਹੈ ਜਿਹੜੇ ਕਿ ਤੁਹਾਨੂੰ ਨਿਊ ਹਾਲੈਂਡ ਦੇ ਟਰੈਕਟਰਸ ਪ੍ਰੋਵਾਈਡ ਕਰਵਾਉਣਗੇ ਇਹੀ ਨਹੀਂ ਛੱਤੀ ਦੂ ਤੋਂ ਇਲਾਵਾ ਵੀ ਤੁਸੀਂ ਦੇਖ ਸਕਦੇ ਹੋ ਕਿ 3600 ਇਸ ਦੇ ਨਾਲ 60+ ਬਹੁਤ ਹੀ ਬਿਹਤਰੀਨ ਟਰੈਕਟਰਸ ਹੈ ਜਿਹੜੇ ਕਿ ਅੱਜ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਕਿਸਾਨੀ ਦੇ ਵਿੱਚ ਵੀ ਬਹੁਤ ਜ਼ਿਆਦਾ ਦਮਦਾਰ ਹੈ ਔਰ ਇੱਕ ਹੋਰ ਗੱਲ ਮੈਂ ਤੁਹਾਨੂੰ ਸਾਂਝੀ ਕਰਨੀ ਚਾਹੁੰਦੀ ਹਾਂ ਜੀ ਟਰੈਕਟਰ ਉਹ ਹੋਣਾ ਚਾਹੀਦਾ ਜਿਹੜਾ ਕਮਰਸ਼ੀਅਲ ਅਤੇ ਐਗਰੀਕਲਚਰ ਦੋਨਾਂ ਦੇ ਵਿੱਚ ਯੂਜ਼ ਆਵੇ ਸਰਕਾਰ ਨੇ ਤਾਂ ਪਰਾਲੀ ਸਾੜਨ 'ਤੇ ਲਗਾ ਦਿੱਤਾ ਪ੍ਰੋਪਰਲੀ ਬੈਨ ਅਤੇ ਟਰੈਕਟਰ ਜਦੋਂ ਦਮਦਾਰ ਹੋਵੇਗਾ ਤਾਂ ਹੀ ਉਹ ਭਾਰੀ ਇੰਪਲੀਮੈਂਟਸ ਹੈ ਜਿਹੜੇ ਕਿ ਖਿੱਚ ਸਕੇਗਾ ਇਸ ਚੀਜ਼ ਨੂੰ ਲੈ ਕੇ ਜੀ ਨਿਊ ਹਾਲੈਂਡ ਦੇ ਟਰੈਕਟਰ ਦੀ ਇੰਨੀ ਕੁ ਜ਼ਿਆਦਾ ਗਰੰਟੀ ਹੈ ਕਿ ਇੰਨਾ ਕੁ ਜ਼ਿਆਦਾ ਦਮਦਾਰ ਬਣਾਇਆ ਗਿਆ ਇਸ ਨੂੰ ਕਿ ਹਰੇਕ ਕਿਸਾਨ ਇਸ ਤੋਂ ਸੈਟਿਸਫਾਈ ਹੈ ਸੋ ਫਰੈਂਡ ਨਿਊ ਹਾਲੈਂਡ ਦੇ ਵਿੱਚ ਤੁਸੀਂ 35 horse power ਤੋਂ ਲੈ ਕੇ 90 horse power ਤੱਕ ਕੋਈ ਵੀ ਟਰੈਕਟਰ ਹੈ ਜਿਹੜਾ ਕਿ ਚੂਜ਼ ਕਰ ਸਕਦੇ ਹੋ ਅਤੇ ਆਪਣੇ ਰੱਖ ਰਖਾਵ ਦੇ ਲਈ ਲੈ ਸਕਦੇ ਹੋ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਦਾ ਜੀ ਬਹੁਤ ਸਾਰੀਆਂ ਫੈਸਿਲਿਟੀਜ਼ ਹੈ ਜਿਹੜੀਆਂ ਕਿ ਇਸ ਦੇ ਟਰੈਕਟਰ ਪ੍ਰੋਵਾਈਡ ਕਰਵਾਉਂਦੇ ਨੇ ਬਟ ਮੈਂ ਇੱਥੇ 60+ ਦੀ ਗੱਲ ਕਰਾਂਗੀ 60+ ਜਿਹੜਾ ਟਰੈਕਟਰ ਇੱਕ ਡੈਸ਼ਿੰਗ ਲੁੱਕ ਦੇ ਨਾਲ ਮਾਰਕੀਟ 'ਚ ਉਤਰਿਆ ਅਤੇ 8x8 ਸ਼ਫਲ ਹੈ ਫਰੈਂਡਸ ਇੰਜਨ ਦੀ ਘੱਟ ਰਫਤਾਰ ਅਤੇ ਈਧਨ ਦੀ ਜਿਹੜੀ ਯਾਨੀ ਕਿ ਤੁਸੀਂ ਡੀਜ਼ਲ ਦੀ ਗੱਲ ਕਰਦੇ ਹੋ ਉਸ ਦੀ ਖਪਤ ਵੀ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਹੋਰ ਤੁਹਾਨੂੰ ਕੀ ਚਾਹੀਦਾ ਹੋਰ ਵੀ ਜ਼ਿਆਦਾ ਫੀਚਰਸ ਜੇਕਰ ਤੁਸੀਂ ਜਾਣਨੇ ਆ ਫਿਰ ਤੁਸੀਂ ਆ ਸਕਦੇ ਹੋ ਜੀ ਸੁਲਤਾਨਪੁਰ ਲੋਧੀ ਰੋਡ ਕਪੂਰਥਲਾ ਦੇ ਇਸ ਸ਼ੋਰੂਮ ਦੇ ਵਿੱਚ ਸ਼ੇਰੇ ਪੰਜਾਬ ਟਰੈਕਟਰਸ ਦੇ ਵਿੱਚ ਜੇ ਸਪੇਅਰ ਪਾਰਟਸ ਦੀ ਗੱਲ ਕੀਤੀ ਜਾਵੇ ਤਾਂ ਨਿਊ ਹਾਲੈਂਡ ਟਰੈਕਟਰ ਦੇ ਸਾਰੇ ਸਪੇਅਰ ਪਾਰਟਸ ਇੱਥੇ ਮੌਜੂਦ ਨੇ ਜਦੋਂ ਟਰੈਕਟਰ ਖਰੀਦਦੇ ਹੋ ਤਾਂ ਗੱਲ ਆਉਂਦੀ ਹੈ ਸਰਵਿਸਿਜ਼ ਦੀ ਤਾਂ ਸ਼ੇਰੇ ਪੰਜਾਬ ਤੁਹਾਨੂੰ ਦੇ ਰਿਹਾ ਹੈ ਬੈਸਟ ਸਰਵਿਸਿਜ਼ ਦਰਸ਼ਕੋ ਛੋਟੀ ਜਿਹੀ ਗੱਲਬਾਤ ਰਹੇਗੀ ਜੀ ਕਿਸਾਨ ਭਰਾਵਾਂ ਦੇ ਨਾਲ ਜਿਹੜੇ ਕਿ ਨਿਊ ਹਾਲੈਂਡ ਨੂੰ ਯੂਜ਼ ਵੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕਰਮਜੀਤ ਸਿੰਘ ਜੀ ਓਕੇ ਕਰਮਜੀਤ ਜੀ ਤੁਸੀਂ ਨਿਊ ਹਾਲੈਂਡ ਨੂੰ ਯੂਜ਼ ਕਰ ਰਹੇ ਹੋ ਕਦੋਂ ਤੋਂ ਵਰਤ ਰਹੇ ਹੋ ਪਿਛਲੇ 10 ਸਾਲਾਂ ਤੋਂ ਵਰਤ ਰਹੇ ਜੀ ਜੀ ਪਿਛਲੇ 10 ਸਾਲ ਇੱਕ ਬਹੁਤ ਹੀ ਲੰਬਾ ਸਮਾਂ ਕਿਵੇਂ ਦਾ ਲੱਗਿਆ ਨਿਊ ਹਾਲੈਂਡ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਜੀ ਟਰੈਕਟਰ ਉਦਾਂ ਦਾ ਚਾਹੀਦਾ ਹੁੰਦਾ ਕਿਸਾਨਾਂ ਨੂੰ ਜਿਹੜਾ ਕਿ ਜ਼ਮੀਨ ਦੇ ਨਾਲ ਦੱਬ ਕੇ ਚੱਲੇ ਬਹੁਤ ਦਮਦਾਰ ਪਾਵਰ ਰੱਖਦਾ ਹੋਵੇ ਕਿਵੇਂ ਦਾ ਲੱਗਦਾ ਜੀ ਉਹ ਤੁਹਾਡੀ ਉਮੀਦਾਂ ਤੇ ਖਰਾ ਉਤਰ ਰਿਹਾ ਬਿਲਕੁਲ ਜੀ ਬਿਲਕੁਲ 100% ਟਰੈਕਟਰ ਵਧੀਆ ਚੱਲ ਰਿਹਾ ਜੀ ਤੇ ਜਨ ਇੱਕ ਕਿਸਾਨ ਨੂੰ ਇੱਕ ਟਰੈਕਟਰ ਦੇ ਵਿੱਚ ਕੀ ਚਾਹੀਦਾ ਸਭ ਤੋਂ ਪਹਿਲਾਂ ਮੇਨ ਪ੍ਰੋਬਲਮ ਹੁੰਦੀ ਹੈ ਕਿ ਡੀਜ਼ਲ ਘੱਟ ਖਾਣਾ ਚਾਹੀਦਾ ਕਿਉਂਕਿ ਰੋਜ਼ਾਨਾ ਦੀ ਤਰ੍ਹਾਂ ਨਾ ਡੀਜ਼ਲ ਦੀ ਸਖਤ ਡਿਮਾਂਡ ਹੁੰਦੀ ਕਿ ਕਿਸਾਨ ਦੀ ਘੱਟ ਖਾਵੇ ਬਾਕੀ ਮੇਨ ਪਾਰਟਸ ਵਗੈਰਾ ਕੰਪਨੀ ਤੋਂ ਉਪਲਬਧ ਹੋਣੇ ਚਾਹੀਦੇ ਆ ਉਹ ਸਾਰਾ ਕੁਝ ਇਹਨਾਂ ਕੋਲ ਅਵੇਲੇਬਲ ਮਿਲ ਜਾਂਦਾ ਕਿਸਾਨਾਂ ਨੂੰ ਜਿਹੜੇ ਟੈਕਟੀਕਲ ਟਰੈਕਟਰ ਚਾਹੀਦਾ ਹੁੰਦਾ ਉਹ ਕਹਿੰਦੇ ਕਮਰਸ਼ੀਅਲ ਐਗਰੀਕਲਚਰ ਦੋਨਾਂ ਨੂੰ ਯੂਜ਼ ਕੀਤਾ ਜਾਵੇ ਅਤੇ ਭਾਰੀ ਭਾਰੀ ਇੰਪਲੀਮੈਂਟਸ ਜਿਹੜੇ ਹੁੰਦੇ ਟਰੈਕਟਰ ਉਹ ਮਤਲਬ ਨਾਲ ਖਿੱਚ ਸਕੇ ਇੰਨੀ ਕੁ ਪਾਵਰ ਰੱਖਦਾ ਹੋਵੇ ਮਤਲਬ ਤੁਹਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਲਈ ਖਰਾ ਉਤਰ ਹੈ ਬਿਲਕੁਲ ਜੀ ਬਿਲਕੁਲ ਜਿਹੜਾ ਇਹਨਾਂ ਦਾ 55 horse power ਦਾ ਟਰੈਕਟਰ TX 3630 ਆ ਉਹ 60 horse power ਦੇ ਮੁਕਾਬਲੇ ਕੰਮ ਕਰ ਰਿਹਾ ਜੀ ਇਸ ਮਾਰਕੀਟ ਦੇ ਵਿੱਚ ਲਓ ਜੀ ਤੁਹਾਨੂੰ ਹੋਰ ਕੀ ਚਾਹੀਦਾ ਹੈ ਇੱਕ 55 horse power ਦਾ ਟਰੈਕਟਰ ਜੇਕਰ 60 horse power ਦੇ ਮੁਕਾਬਲੇ ਕੰਮ ਕਰੇ ਤਾਂ ਮੈਨੂੰ ਲੱਗਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਉੱਪਰੋਂ ਡੀਜ਼ਲ ਦੀ ਖਪਤ ਹੈ ਜੀ ਉਹ ਵੀ ਘੱਟ ਹੈ ਬਹੁਤ ਸਾਰੀਆਂ ਫੈਸਿਲਿਟੀਜ਼ ਦੇ ਰਿਹਾ ਜੀ ਨਿਊ ਹਾਲੈਂਡ ਟਰੈਕਟਰ ਇਸ ਨੂੰ ਲੈ ਕੇ ਜੀ ਮੈਂ ਵੀ ਇੱਥੋਂ ਦੀ ਮੈਨੇਜਮੈਂਟ ਟੀਮ ਨਾਲ ਜੁੜਨਾ ਚਾਹਾਂਗੀ ਗੱਲਬਾਤ ਕਰਾਂਗੇ ਜੋੜਾਂ ਦੇ ਨਾਲ
ਟਰੈਕਟਰ ਨਿਊ ਹੋਲੈਂਡ ਦਾ ਨਾਮ ਹੀ ਕਾਫੀ ਹੈ ਜੀ, ਤੁਹਾਡੀਆਂ ਉਮੀਦਾਂ ਤਾਂ ਪੂਰਾ ਖਰਾ ਉਤਰ ਰਿਹਾ। ਇਸ ਨੂੰ ਲੈ ਕੇ ਜੀ ਬਖਸ਼ਿੰਦਰ ਜੀ ਜੋ ਕਿ ਇੱਥੇ ਤੋਂ ਮੈਨੇਜਮੈਂਟ ਟੀਮ ਨਾਲ ਜੁੜੇ ਨੇ ਜੀ, ਗੱਲਬਾਤ ਕਰਦੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾਂ ਮੈਨੂੰ ਤਾਂ ਸ਼ੇਰੇ ਪੰਜਾਬ ਟਰੈਕਟਰਸ ਬਾਰੇ ਦੱਸੋ ਕਿ ਕਦੋਂ ਤੋਂ ਚੱਲ। ਸ਼ੇਰੇ ਪੰਜਾਬ ਟਰੈਕਟਰ ਮੈਮ 2004 ਤੋਂ। 2004 ਤੋਂ ਤੁਸੀਂ ਕੰਪਨੀ ਮਤਲਬ ਇੱਥੇ ਸ਼ੁਰੂ ਕੀਤੀ ਹੈ, ਅਤੇ ਨਿਊ ਹੋਲੈਂਡ ਟਰੈਕਟਰ ਹੀ ਕਿਉਂ ਚੂਜ਼ ਕੀਤਾ? ਇਹ ਕੰਪਨੀ ਨਾਮੀ ਕੰਪਨੀ ਹੈ ਜੀ, ਬਾਹਰ ਦੀ ਕੰਪਨੀ ਹੈ, ਟਰੈਕਟਰ ਵੀ ਬਹੁਤ ਦਮਦਾਰ ਹੈ ਔਰ ਕਿਸਾਨਾਂ ਦੀ ਪਹਿਲੀ ਪਸੰਦ ਹੈ। ਕਿਸਾਨਾਂ ਦੀ ਕਿਹੜੇ ਕਿਹੜੇ ਫੀਚਰਸ ਲੈ ਕੇ ਮਾਰਕੀਟ ਦੇ ਵਿੱਚ ਉਤਰਿਆ ਜੀ ਟਰੈਕਟਰ? ਕਿਸਾਨ ਦੇ ਵਾਸਤੇ ਜੀ ਸਭ ਤੋਂ ਪਹਿਲਾਂ ਤਾਂ ਇੱਕ ਡੀਜ਼ਲ ਦੀ ਜਿਹੜੀ ਹੈ ਖਪਤ ਬਹੁਤ ਵਾਜਬ ਹੈ ਜੀ, ਔਰ ਦੂਸਰਾ ਭਾਰੀ ਇੰਪਲੀਮੈਂਟ ਵਾਸਤੇ ਟਰੈਕਟਰ ਬਹੁਤ ਵਧੀਆ। ਲਓ ਜੀ, ਇੱਥੇ ਕਿਸਾਨੀ ਆਫਰਸ ਦੀ ਗੱਲ ਕਰਾਂਗੇ, ਸ਼ੇਰੇ ਪੰਜਾਬ ਟਰੈਕਟਰਸ ਵੱਲੋਂ ਕਿਹੜੇ ਕਿਸਾਨਾਂ ਨੂੰ ਆਫਰਸ ਵੀ ਦਿੱਤੇ ਜਾਂਦੇ ਨੇ ਟਾਈਮ ਟੂ ਟਾਈਮ? ਜਿੱਦਾਂ ਜੀ ਪੋਟੈਟੋ ਦੇ ਸੀਜ਼ਨ 'ਤੇ ਆਪਾਂ ਪੋਟੈਟੋ ਦੀ ਇੱਕ ਇਹਨਾਂ ਨੂੰ ਦਿੰਦੇ ਹਾਂ ਔਰ ਕੁਛ ਗਿਫਟ ਵਗੈਰਾ ਵੀ ਨਾਲ ਰੱਖੇ ਹੋਏ ਆ। ਮੇਨ ਕਾਰਨ ਜਿਹੜਾ ਮੇਰਾ ਸ਼ੇਰੇ ਪੰਜਾਬ ਟਰੈਕਟਰਸ ਦੇ ਕੋਲ ਆਉਣ ਦਾ, ਕਿ ਜਦੋਂ ਮੈਂ ਇੱਥੋਂ ਕਪੂਰਥਲਾ ਦੇ ਲੋਕਾਂ ਨਾਲ ਗੱਲਬਾਤ ਕੀਤੀ, ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ, ਅਤੇ ਉਹਨਾਂ ਨੇ ਕਿਹਾ ਕਿ ਸ਼ੇਰੇ ਪੰਜਾਬ ਟਰੈਕਟਰਸ ਦੀ ਜਿਹੜੀ ਸਰਵਿਸ ਹੈ ਉਹ ਸਾਨੂੰ ਕਿਤੇ ਹੋਰ ਨਹੀਂ ਮਿਲਦੀ, ਕੀ ਦਿੰਦੇ ਹੋ ਇੱਦਾਂ ਦਾ ਖਾਸ? ਸ਼ੇਰੇ ਪੰਜਾਬ ਟਰੈਕਟਰ ਨੂੰ ਜੀ ਸਰਵਿਸ ਮੈਮ ਜੋ ਹੈ, ਅਸੀਂ ਡੋਰ ਟੂ ਡੋਰ ਵੀ ਫੈਸਿਲਿਟੀ ਦਿੱਤੀ ਹੋਈ ਹੈ। ਕਸਟਮਰ ਜਿੱਦਾਂ ਹੀ ਕਾਲ ਕਰਦਾ ਅਗਰ ਪ੍ਰੋਬਲਮ ਉਹਨੂੰ ਖੇਤ ਵਿੱਚ ਵੀ ਆਉਂਦੀ, ਤਾਂ ਆਪਣਾ ਮਕੈਨਿਕ ਖੇਤ ਵਿੱਚ ਜਾ ਕੇ ਉਹਨੂੰ ਜੋ ਸਰਵਿਸ ਦੇ ਕੇ ਆਉਂਦਾ ਟਾਈਮ ਟੂ ਟਾਈਮ। ਸਪੇਅਰ ਪਾਰਟਸ ਕਿੰਨੇ ਕੁ ਜ਼ਿਆਦਾ ਈਜ਼ੀਲੀ ਅਵੇਲੇਬਲ? ਸਪੇਅਰ ਪਾਰਟ ਦੀ ਕੋਈ ਪ੍ਰੋਬਲਮ ਨਹੀਂ, ਹਮੇਸ਼ਾ ਹੀ ਆਲ ਟਾਈਪਸ ਆਫ ਸਪੇਅਰ ਸਾਡੇ ਕੋਲ ਅਵੇਲੇਬਲ ਹੈ। ਸਰ, ਇਸ ਤੋਂ ਇਲਾਵਾ ਸ਼ੇਰੇ ਪੰਜਾਬ ਟਰੈਕਟਰਸ ਕਿਹੜੀ ਕਿਹੜੀ ਜਗ੍ਹਾ 'ਤੇ ਆਪਣੀ ਸਰਵਿਸਿਸ ਦੀ? ਸ਼ੇਰੇ ਪੰਜਾਬ ਟਰੈਕਟਰ ਮੈਮ ਇੱਕ ਤੋਂ ਸੁਲਤਾਨਪੁਰ ਲੋਧੀ ਤਹਿਸੀਲ ਕਵਰ ਕਰਦਾ, ਦੂਸਰਾ ਭਲੱਥ ਤਹਿਸੀਲ ਬੇਗੋਵਾਲ। ਲਓ ਜੀ, ਸਾਰਿਆਂ ਦੇ ਐਡਰੈਸ ਹੈ ਜਿਹੜੇ ਕਿ ਤੁਹਾਨੂੰ ਹੇਠ ਲਿਖੇ ਪੱਟੀ 'ਤੇ ਨਜ਼ਰ ਆ ਰਹੇ ਨੇ, ਇਸ ਦੇ ਨਾਲ ਹੀ ਤੁਸੀਂ ਕਾਲ ਕਰਕੇ ਜੀ ਆਪਣੇ ਖੇਤਾਂ ਦਾ ਰਾਜ਼ਾ ਨਿਊ ਹੋਲੈਂਡ ਆਪਣੇ ਘਰ ਲੈ ਜਾ ਸਕਦੇ ਹੋ ਬਹੁਤ ਸਾਰੀ ਫੈਸਿਲਿਟੀਜ਼ ਦੇ ਨਾਲ। ਕਪੂਰਥਲੇ ਦੀ ਸੈਰ ਦੇ ਵਿੱਚ ਹੋਰ ਕੀ ਕੁਛ ਖਾਸ ਹੈ ਦੇਖਣ ਦੇ ਲਈ? ਬਣੇ ਰਹੋ ਮੇਰੇ ਨਾਲ।